वाह गुरु, वाह गुरु। गुरु रूप, गुरु प्यारी, गुरु सवारी खालसा, सत संगत जी। आओ सब तो पहला अपने पिता जी वालों बख्शी हुई फतेह का नारा बुलंद करिए। सारे कह दियो जी, वाहिगुरु जी का खालसा, वाहिगुरु जी की फतेह। गुरु प्यारियो, जिमें कि आपां संसार च विचरते हाँ, तो साडे जीवां दे, साडे मनां दे बड़े शंके हुंदे हन कि संत किनू किया गया है अते असंत किनू किया गया। लेकिन कई जीव ये भी कहंदे है, कहंदे कोई संत नहीं हुंदा, ते कई कह दिंदे कोई साधु नहीं हुंदा, कोई गुरु नहीं हुंदा। आपां किसे ते उपर यकीन नहीं करना, आपां बाणी गुरु नूं पुछणा है कि सच्चे पातशाह तुसीं कृपा करो, संत कौण हुंदे हन, असंत कौण हुंदे हन। क्योंकि ਜਦੋਂ ਤੱਕ ਆਪਾਂ ਬਾਣੀ ਨੂੰ ਵਿਚਾਰਾਂਗੇ ਨਹੀਂ, ਬਾਣੀ ਨੂੰ ਸਮਝਾਂਗੇ ਨਹੀਂ ਕਿ ਬਾਣੀ ਗੁਰੂ ਸਾਨੂੰ ਕੀ ਸਮਝਾਉਣਾ ਕਰਦੇ ਪਏ ਨੇ, ਉਦੋਂ ਤੱਕ ਗੁਰੂ ਪਿਆਰਿਓ ਸਾਨੂੰ ਅਸਲ ਭੇਦ ਨਹੀਂ ਆਏਗਾ। ਕਿਉਂਕਿ ਪਾਤਸ਼ਾਹ ਤਾਂ ਕਹਿੰਦੇ ਸਾਨੂੰ ਬਾਣੀ ਵਿੱਚ ਸਮਝਾਉਣਾ ਕਰਦੇ ਆ, ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸਤਿਗੁਰ ਕਹਿੰਦੇ ਉਹ ਪੂਰਨ ਸੰਤ ਹਨ ਜਿਨ੍ਹਾਂ ਨੂੰ ਸਾਸ ਗ੍ਰਾਸ ਪਾਵ ਕੇ ਜਦੋਂ ਸਵਾਸ ਅੰਦਰ ਜਾਂਦਾ ਹੈ ਬਾਹਰ ਆਉਂਦਾ, ਇਸ ਕਿਰਿਆ ਨੂੰ ਸਵਾਸ ਗ੍ਰਾਸ ਕਹਿੰਦੇ ਹਨ। ਸਤਿਗੁਰ ਕਹਿੰਦੇ ਜਿਨ੍ਹਾਂ ਨੂੰ ਇਸ, ਜਾਂ ਇੱਦਾਂ ਕਹਿ ਲਈਏ ਕਿ ਜਿਹਨੇ ਵੀ ਸਵਾਸ ਜੀਵ ਲੈਂਦਾ ਹੈ ਉਸਨੂੰ ਹਰ ਇੱਕ ਸਵਾਸ ਜਿਹੜਾ ਹੈ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੁੰਦਾ ਹੈ। ਹਰ ਇੱਕ ਸਵਾਸ ਵਿੱਚ ਉਹ ਮਾਲਕ ਦੀ ਯਾਦ ਵਿੱਚ ਜੁੜੇ ਰਹਿੰਦਾ ਹੈ। ਸਤਿਗੁਰੂ ਕਹਿੰਦੇ ਹੈ ਉਹ ਪੂਰਨ ਸੰਤ ਹਨ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ, ਮਨ ਵਿੱਚ ਨਾਮ ਮੰਤਰ ਵਸ ਗਿਆ, ਵਾਹਿਗੁਰੂ ਮੰਤਰ ਵਸ ਗਿਆ ਹੈ, ਉਹ ਪੂਰਨ ਸੰਤ ਹਨ। ਲੇਕਿਨ ਜਿਉਂ ਜਿਉਂ ਆਪਾਂ ਗੁਰੂ ਪਿਆਰੇ ਐਸੇ ਗੁਰਮੁਖਾਂ ਦਾ ਸੰਗ ਕਰਦੇ ਹਾਂ, ਐਸੇ ਸੰਤ ਮਹਾਂਪੁਰਸ਼ਾਂ ਦਾ ਸੰਗ ਕਰਨੇ ਹਨ, ਆਪ ਜੀ ਨੂੰ ਸੰਸਾਰ 'ਚ ਭੇਖੀ ਬਹੁਤ ਮਿਲ ਜਾਣਗੇ। ਸੰਤ ਕੋਈ ਚਿੱਟੇ ਕੱਪੜੇ ਪਾਏ ਹੋਣਗੇ, ਕੋਈ ਹੋਰ ਕਿਸੇ ਰੰਗ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਸਿਰਫ ਪਹਿਰਾਵੇ ਨੂੰ ਦੇਖ ਲੈਂਦੇ ਹਾਂ ਗੁਰੂ ਪਿਆਰਿਓ, ਲੇਕਿਨ ਉਸ ਦੇ ਅੰਦਰ ਦੀ ਮਨ ਦੀ ਖੇਡ ਨੂੰ ਅਗਰ ਆਪਾਂ ਜਾਣਨਾ ਹੈ ਤਾਂ ਉਸ ਵਾਸਤੇ ਸਾਨੂੰ ਆਪ ਸਿਮਰਨ ਕਰਨਾ ਪੈਣਾ, ਸਾਨੂੰ ਆਪ ਬੰਦਗੀ ਕਰਨੀ ਪੈਣੀ ਹੈ। ਕਿਉਂਕਿ ਗੁਰੂ ਪਿਆਰਿਓ, ਜਦੋਂ ਆਪਾਂ ਕਿਸੇ ਨੂੰ ਪਹਿਚਾਣਨਾ ਹੈ ਨਾ, ਉਸ ਵਰਗਾ ਸਾਨੂੰ ਬਣਨੇ ਪੈਣਾ ਹੈ। ਪਾਤਸ਼ਾਹ ਕਹਿੰਦੇ ਨਾ ਬਾਣੀ 'ਚ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੀ। ਐਸੇ ਗੁਰਮੁਖਾਂ ਨੂੰ ਅਗਰ ਪਹਿਚਾਣਨਾ ਹੈ, ਸਾਨੂੰ ਗੁਰੂ ਪਿਆਰਿਓ ਨਾਮ ਸਿਮਰਨ ਅਭਿਆਸ ਕਰਨੇ ਪੈਣਾ, ਸ਼ਬਦ ਦੀ ਕਮਾਈ ਕਰਨੀ ਪੈਣੀ ਹੈ। ਅਤੇ ਜਦੋਂ ਆਪਾਂ ਐਸੇ ਗੁਰੂ ਦੇ ਪਿਆਰਿਆਂ ਦਾ, ਐਸੇ ਅਕਾਲ ਪੁਰਖ ਦੇ ਪਿਆਰਿਆਂ ਦਾ ਜਦੋਂ ਆਪਾਂ ਸੰਗ ਕਰਨੇ ਹਾਂ, ਤਾਂ ਸਤਿਗੁਰੂ ਕਹਿੰਦੇ ਆ ਕਿ ਫਿਰ ਆਪਾਂ ਵੀ ਫਿਰ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਾਂ। ਕਿਉਂਕਿ ਸੰਤ ਨੇ, ਉਹਨੇ ਸਾਡੀ ਸੁਰਤੀ ਨੂੰ ਇੰਨਾ ਉੱਚਾ ਕਰ ਦੇਣਾ ਹੈ ਜਦੋਂ ਆਪਾਂ ਉਹਨਾਂ ਸੰਗ ਕਰਾਂਗੇ, ਅਤੇ ਸਾਡੀ ਜਿਹੜੀ ਹੈ ਜਨਮਾਂ ਜਨਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਉਹ ਗੁਰੂ ਪਿਆਰੇ ਉਤਰਨੀ ਸ਼ੁਰੂ ਹੋ ਜਾਏਗੀ।
ਤੇ ਪਾਤਸ਼ਾਹ ਕਹਿੰਦੇ ਆ ਕਿ ਸੰਤ ਕਾ ਸੰਗ ਵੱਡ ਭਾਗੀ ਪਾਈਏ। ਸੰਤ ਦਾ ਸੰਗ ਜਿਹੜਾ ਹੈ ਵੱਡੇ ਹੀ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਇਹ ਐਵੇਂ ਨਹੀਂ ਪ੍ਰਾਪਤ ਹੋ ਜਾਂਦਾ ਗੁਰੂਖ ਪਿਆਰੇ ਹੋ, ਇਹ ਵੱਡੇ ਹੀ ਭਾਗਾਂ ਦੀ ਨਿਸ਼ਾਨੀ ਹੁੰਦੀ ਜਿਹਨੂੰ ਜਦੋਂ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਪ੍ਰਾਪਤ ਹੁੰਦਾ ਹੈ। ਕਿਉਂਕਿ ਰੋਜ਼ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਪਾਤਸ਼ਾਹ ਜੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰਦੇ ਹਾਂ ਨਾ, ਸਹੀ ਗੁਰਮੁਖ ਪਿਆਰੇ ਮਿਲਿਓ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ। ਸੱਚੇ ਪਾਤਸ਼ਾਹ ਐਸੇ ਗੁਰਮੁਖਾਂ ਦਾ ਮੈਨੂੰ ਸੰਗ ਕਰਾ, ਬਖਸ਼ ਮੈਨੂੰ, ਦਾਤ ਕਰ, ਦਇਆ ਕਰ ਮੇਰੇ ਉੱਪਰ, ਤਾਂ ਕਿ ਮੈਨੂੰ ਤੇਰਾ ਨਾਮ ਚਿੱਤ ਵਿੱਚ ਆ ਜਾਏ, ਮੈਨੂੰ ਤੇਰਾ ਨਾਮ ਮੇਰੀ ਯਾਦ ਵਿੱਚ ਆ ਜਾਏ। ਅਤੇ ਗੁਰੂਖ ਪਿਆਰਿਓ ਪਾਤਸ਼ਾਹ ਕੀ ਕਹਿੰਦੇ, ਸੰਤ ਕੀ ਸੇਵਾ ਨਾਮ ਧਿਆਈਏ। ਸੰਤ ਦੀ ਸੇਵਾ ਕੀ ਹੈ? ਨਾਮ ਧਿਆਣਾ। ਦੇਖੋ ਗੁਰੂਖ ਪਿਆਰਿਓ, ਜੇ ਤੁਸੀਂ ਕਿਸੇ ਅਨਾੜੀ ਸੰਤ ਦਾ ਸੰਗ ਕਰੋਗੇ ਨਾ, ਉਹ ਤੁਹਾਨੂੰ ਕਹੇਗਾ ਪੈਸੇ ਦਿਓ ਜੀ, ਇੰਨੇ ਇਹ ਕਰੋ ਜੀ, ਫਲਾਣਾ ਕਰੋ, ਇਸ ਤਰ੍ਹਾਂ ਇੰਨੀ ਭੇਟ ਕਰੋ, ਇੰਨੀ ਭੇਟਾ ਦਿਓ, ਇਹ ਕਰੋ, ਮਤਲਬ ਕਿ ਆਪ ਜੀ ਨੂੰ ਸੰਸਾਰ ਦੇ ਕਰਮ ਕਾਂਡਾਂ ਵਿੱਚ ਹੀ ਉਲਝਾ ਕੇ ਰੱਖੇਗਾ। ਲੇਕਿਨ ਜੇ ਪੂਰਨ ਸੰਤ ਹੈ ਨਾ, ਉਹ ਤੁਹਾਨੂੰ ਕਹੇਗਾ ਕਿ ਨਾਮ ਜਪੋ, ਬਾਣੀ ਪੜ੍ਹੋ, ਸਿਮਰਨ ਭਗਤੀ ਕਰੋ। ਅਤੇ ਗੁਰੂਖ ਪਿਆਰਿਓ, ਕਿਉਂਕਿ ਉਹਨਾਂ ਦੀ ਅਸਲ ਸੇਵਾ ਹੀ ਇਹੀ ਹੈ, ਸੰਤ ਦੀ ਸੇਵਾ ਹੀ ਇਹੀ ਹੈ। ਪਾਤਸ਼ਾਹ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈਏ, ਸੰਤਾਂ ਦੀ ਸੇਵਾ ਹੀ ਇਹੀ ਹੈ। ਅਤੇ ਜਦੋਂ ਜੋ ਆਪਾਂ ਸੰਗ ਕਰਾਂਗੇ, ਸੰਤ ਦਾ ਸੰਗ ਕਰਾਂਗੇ, ਸਾਡੇ ਜਨਮਾਂ ਜਨਮਾਂ ਜਿਹੜੀ ਮਹਿਲ ਲੱਗੀ ਹੋਈ ਹੈ ਇਹ ਉਤਰ ਜਾਏਗੀ। ਸਤਿਗੁਰ ਕਹਿੰਦੇ ਨਾ ਬਾਣੀ ਵਿੱਚ, ਕਹਿੰਦੇ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਸਤਿਗੁਰ ਕਹਿੰਦੇ ਕਿ ਜਨਮਾਂ ਜਨਮਾਂ ਦੀ ਮਲ ਜਿਹੜੀ ਹੈ ਉਤਰ ਜਾਏ। ਉਹ ਉਤਰਨੀ ਕਿਉਂ ਹੈ? ਕਿਉਂਕਿ ਆਪਾਂ ਸੰਗ ਕੀਤਾ, ਜੋ ਸੰਗ ਕੀਤਾ ਤਾਂ ਕੀ ਹੋਇਆ, ਆਪਾਂ ਫਿਰ ਨਾਮ ਸਿਮਰਨ ਕਰਾਂਗੇ। ਹੁਣ ਗੱਲ ਇੱਥੇ ਹੈ ਗੁਰੂਖ ਪਿਆਰਿਓ, ਜੇ ਆਪਾਂ ਗੁਰਮੁਖਾਂ ਦਾ, ਗੁਰੂ ਦੇ ਪਿਆਰਿਆਂ ਦਾ ਸੰਗ ਕਰਾਂਗੇ ਤਾਂ ਉਹ ਸਾਨੂੰ ਕਹੇਗਾ ਕਿ ਭਗਤੀ ਕਰੋ, ਨਾਮ ਸਿਮਰਨ ਕਰੋ। ਅਤੇ ਜੇ ਆਪਾਂ ਨਹੀਂ ਕਰਾਂਗੇ ਤਾਂ ਫਿਰ ਗੁਰੂਖ ਪਿਆਰਿਓ, ਇਹ ਸਾਡੇ ਅੰਦਰ ਕਮੀ ਹੈ। ਫਿਰ ਐਸੇ ਗੁਰਮੁਖਾਂ ਦਾ ਸੰਗ ਕਰਕੇ ਆਪਾਂ ਬਾਣੀ ਨਾਲ ਅਤੇ ਬਾਣੇ ਨਾਲ ਅਤੇ ਨਾਮ ਸਿਮਰਨ ਨਾਲ ਜਦੋਂ ਪਿਆਰ ਪਾਵਾਂਗੇ, ਫਿਰ ਸਾਡੇ ਜਨਮਾਂ ਜਨਮਾਂ ਦੀ ਜਿਹੜੀ ਮਹਿਲ ਜਿਹੜੀ ਹੈ ਉਹ ਉਤਰ ਜਾਏਗੀ। ਫਿਰ ਆਪਾਂ ਵੀ ਉਸ ਮਾਲਕ ਦੇ ਵਿੱਚ ਭੇਦ ਹੋ ਜਾਵਾਂਗੇ। ਅਤੇ ਪਾਤਸ਼ਾਹ ਸਾਨੂੰ ਇੱਥੇ ਤੱਕ ਇਹ ਵੀ ਕਹਿੰਦੇ ਨਾ, ਬਾਣੀ ਸਮਝਾਉਣਾ ਕਰਦੇ ਆ, ਕਹਿੰਦੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ। ਇਹ ਸੰਤ ਕੀ ਹੈ? ਸਾਨੂੰ ਮਾਰਗ ਦਿਖਲਾਉਂਦੇ ਆ। ਕਿਹੜਾ ਮਾਰਗ ਦਿਖਲਾਉਂਦੇ ਆ? ਕਿ ਮਾਲਕ ਨਾਲ ਮਿਲਾਪ ਦਾ ਸਾਡਾ ਮਾਰਗ ਦੱਸਦੇ ਆ। ਸਾਡਾ ਮਾਲਕ ਨਾਲ ਮਿਲਾਪ ਹੋ ਜਾਂਦਾ ਹੈ ਗੁਰੂਖ ਪਿਆਰੇ, ਜਦੋਂ ਆਪਾਂ ਐਸੇ ਗੁਰਮੁਖਾਂ ਦਾ ਪਿਆਰਿਆਂ ਦਾ ਸੰਗ ਕਰਦੇ ਹਾਂ। ਅਤੇ ਬੇਨਤੀਆਂ ਕਰਿਆ ਕਰੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੈਨੂੰ ਐਸਾ ਕੋਈ ਹਰੀ ਦਾ ਸੰਤ ਮਿਲ ਜੇ। ਹੁਣ ਕਿਸੇ ਲੀਡਰਾਂ ਦਾ ਸੰਤ ਨਹੀਂ, ਕਿਸੇ ਹਰੀ ਲੀਡਰਾਂ ਦਾ, ਕਿਸੇ ਮੰਤਰੀਆਂ ਸੰਤ ਨਹੀਂ। ਇੱਥੇ ਸਤਿਗੁਰੂ ਨੇ ਕਿਹਾ ਹਰ ਕਾ ਜਨ ਸੰਤੋ, ਹਰੀ ਦਾ, ਪਰਮਾਤਮਾ ਦਾ, ਵਾਹਿਗੁਰੂ ਜੀ ਦਾ ਸੰਤ ਕੋਈ ਮਿਲ ਜਾਏ ਮੈਨੂੰ। ਕਹਿੰਦੇ ਮੋਹੇ ਮਾਰਗ ਦਿਖਲਾਵੇ, ਮੈਨੂੰ ਰਸਤਾ ਦਿਖਲਾਵੇ। ਹੁਣ ਜੇ ਤੁਸੀਂ ਲੀਡਰ ਦੇ ਸੰਤ ਦਾ ਸੰਗ ਕਰੋਗੇ ਨਾ, ਉਹ ਸਾਨੂੰ ਕਿੱਥੇ ਲੈ ਜਾਏਗਾ? ਉਹ ਸਾਨੂੰ ਹੋਰ ਭਰਮ ਭੁਲੇਖਿਆਂ 'ਚ ਪਾਏਗਾ ਉਹ। ਲੇਕਿਨ ਜਦੋਂ ਆਪਾਂ ਹਰੀ ਦੇ ਜਨ ਦਾ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਸੰਤਾਂ ਦਾ ਸੰਗ ਕਰਾਂਗੇ, ਉਹ ਸਾਨੂੰ ਨਾਮ ਨਾਲ ਜੋੜੇਗਾ, ਆਪਣੇ ਪਰਮਾਤਮਾ ਨਾਲ ਜੋੜੇਗਾ, ਵਾਹਿਗੁਰੂ ਜੀ ਨਾਲ ਜੋੜੇਗਾ।
ਸਤਿਗੁਰ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਬੋੜੀ ਕੋ ਬਟਪਾ ਕੀ ਪਾਏ। ਕੋਈ ਬਿਰਲਾ ਬਿਰਲਾ ਹੀ ਹੁੰਦਾ ਹੈ ਗੁਰੂ ਪਿਆਰਿਓ ਇਸ ਮਾਰਗ ਦੇ ਫਿਰ ਜਿਹੜੇ ਚੱਲਦੇ ਹਨ, ਕਿਉਂਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਪਿਆਰਿਓ। ਹੁਣ ਆਪਾਂ ਨੂੰ ਨਾ ਗੁਰੂ ਪਿਆਰਿਓ ਸੰਗ ਹੋਇਆ ਬੜੀ ਸਤਿਕਾਰਯੋਗ ਭਾਈ ਸਾਹਿਬ ਦੇ ਸੇਵਾ ਸਿੰਘ ਜੀ ਧਰਮਾਲਾ ਜੀ ਹੁੰਦਾ, ਉਹਨਾਂ ਨੇ ਸਾਨੂੰ ਗੁਰਮੰਤਰ ਹੀ ਦ੍ਰਿੜ ਕਰਾਇਆ ਹੈ। ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਨਾਲ ਬਾਣੀ ਨਾਲ ਜੋੜਿਆ ਅਤੇ ਨਾਮ ਸਿਮਰਨ ਦਾ ਅਭਿਆਸ ਕਰਾਇਆ, ਬਾਣੀ ਦਾ ਜਾਪ ਕਰਾਇਆ। ਗੁਰੂ ਪਿਆਰੇ ਤਨ ਹਨ ਗੁਰੂ ਪਿਆਰੇ, ਐਸੇ ਗੁਰੂ ਪਿਆਰੇ ਜਿਹੜੇ ਉਸ ਮਾਲਕ ਨਾਲ ਜੋੜਦੇ, ਗੁਰੂ ਪਿਆਰੇ ਉਸ ਬਾਣੀ ਨਾਲ ਜੋੜਦੇ ਹਨ। ਤੇ ਜਦੋਂ ਆਪਾਂ ਇਸ ਬਾਣੀ ਨਾਲ ਜੁੜ ਗਏ, ਫਿਰ ਆਪਾਂ ਉਸ ਅਨਹਦ ਬਾਣੀ ਨਾਲ ਜੁੜਾਂਗੇ ਤੇ ਆਪਣੇ ਘਰ ਵਿੱਚ ਜਾਵਾਂਗੇ। ਤੇ ਇਸ ਕਾਰਨ ਕਰਕੇ ਮੇਰੀ ਆਪ ਜੀ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਐਸੇ ਪਿਆਰਿਆਂ ਦਾ ਸੰਗ ਕਰੋ, ਜਿਸ ਦੇ ਸੰਗ ਕਰਕੇ ਸਾਡੇ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਤਰ ਜਾਏ। ਸਤਿਗੁਰ ਕਹਿੰਦੇ ਕੋਟ ਜਨਮ ਕੇ ਕਿਲ ਬਿਖਨਾਸੇ ਹਰ ਚਰਨੀ ਚਿਤ ਲਾਏ। ਸਾਡੇ ਕਰੋੜਾਂ ਹੀ ਜਿਹੜੇ ਹੈ ਕਿਲਵਿਖ ਪਾਪ ਜਿਹੜੇ ਹੈ ਉਹ ਨਾਸ ਹੋ ਜਾਂਦੇ ਹਨ ਜਦੋਂ ਆਪਾਂ ਐਸੇ ਗੁਰੂ ਦੇ ਪਿਆਰਿਆਂ ਦਾ ਸੰਗ ਕਰਨੇ ਹਨ। ਅਤੇ ਪਾਤਸ਼ਾਹ ਸਾਨੂੰ ਬਾਣੀ ਰਾਹੀਂ ਹੋਰ ਵੀ ਕਈ ਅਨੇਕਾਂ ਹੀ ਸ਼ਬਦ ਹਨ ਗੁਰੂ ਪਿਆਰਿਓ, ਅਨੇਕਾਂ ਹੀ ਪਰੇ ਬਹੁਤ ਅਣਗਿਣਤ ਸ਼ਬਦ ਹਨ ਸੰਤਾਂ ਦੇ, ਸਾਧੂਆਂ ਦੇ ਉੱਪਰ ਗੁਰੂ ਪਿਆਰਿਓ। ਹਾਂ, ਆਪਾਂ ਸਮਝਾਂਗੇ ਨਹੀਂ ਤਾਂ ਗੱਲ ਵੱਖਰੀ ਹੈ, ਕਿਉਂਕਿ ਜਦੋਂ ਤੱਕ ਆਪਾਂ ਆਪਣੀ ਮਨ ਦੀ ਮੱਤ ਨਹੀਂ ਨਾ ਤਿਆਗਾਂਗੇ। ਕਿਉਂਕਿ ਕਈ ਜੀ ਆਪਾਂ ਸੁਣਦੇ ਹਾਂ ਕਹਿੰਦੇ ਕੋਈ ਸੰਤ ਸੁੰਤ ਨਹੀਂ ਹੁੰਦਾ ਜੀ, ਤਾਂ ਉਹ ਸਾਡੀ ਫਿਰ ਮੱਤ ਬੋਲਦੀ ਹੈ ਉੱਥੇ। ਆਪਣੀ ਮੱਤ ਜੋ ਤਿਆਗਾਂਗੇ ਫਿਰ ਸਾਨੂੰ ਪਤਾ ਲੱਗੇਗਾ ਸੰਤ ਹੁੰਦੇ ਕਿ ਨਹੀਂ ਹੁੰਦੇ, ਕਿਉਂਕਿ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਵੀ ਹੈ ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕ ਸੰਤ ਕਈ ਮਹਿ ਲੱਖ ਕਰੋੜੀ। ਲੱਖਾਂ ਕਰੋੜਾਂ ਵਿੱਚ ਸਤਿਗੁਰ ਕਹਿੰਦੇ ਕੋਈ ਇੱਕ ਸੰਤ ਹੁੰਦਾ ਹੈ, ਕੋਈ ਇੱਕ ਸਾਧੂ ਹੁੰਦਾ ਹੈ, ਅਤੇ ਸੰਤ ਦੇ ਅਤੇ ਸਾਧੂ ਵਿੱਚ ਕੋਈ ਭੇਦ ਨਹੀਂ ਹੁੰਦਾ। ਸੰਤ ਦੇ ਸਾਧੂ ਵਿੱਚ ਅਤੇ ਉਸ ਪਰਮਾਤਮਾ ਵਿੱਚ ਵੀ ਕੋਈ ਭੇਦ ਨਹੀਂ ਹੈ, ਭਾਵ ਕਿ ਇਹ ਇੱਕੋ ਹੀ ਹੁੰਦੇ ਹਨ। ਕਬੀਰ ਸੇਵਾ ਕੋ ਦੋਏ ਭਰੇ ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਸਤਿਗੁਰੂ ਨੇ ਰਾਮ ਜਿਹੜਾ ਹੈ ਮੁਕਤੀ ਦਾ ਦਾਤਾ ਹੈ, ਸੰਤ ਕੀ ਕਰਦੇ ਆ ਉਹ ਨਾਮ ਜਪਾਉਂਦੇ ਹਨ। ਅਤੇ ਇਸ ਕਾਰਨ ਕਰਕੇ ਰਾਮ ਅਤੇ ਉਹ ਸੰਤ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ, ਲੇਕਿਨ ਉਹਦੇ ਬਾਅਦ ਸਾਨੂੰ ਆਪਣੀ ਮੱਤ ਆਪਣੀ ਜਿਹੜੀ ਸਿਆਣਪ ਜਿਹੜੀ ਹੈ ਉਹ ਛੱਡਣੀ ਪੈਣੀ ਹੈ, ਕਿਉਂਕਿ ਜਦੋਂ ਤੱਕ ਆਪਾਂ ਸਿਆਣਪ ਨਹੀਂ ਛੱਡਾਂਗੇ ਉਦੋਂ ਤੱਕ ਗੁਰੂ ਪਿਆਰਿਓ ਇਹ ਮਾਲਕ ਦੀ ਬਾਣੀ ਸਾਡੇ ਅੰਦਰ ਨਹੀਂ ਵਸੇਗੀ। ਤਾਂ ਪਾਤਸ਼ਾਹ ਕਹਿੰਦੇ ਸਾਨੂੰ ਬਾਣੀ ਵਿੱਚ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਬਾਰਾਂਮਾਂਹ ਦੀ ਬਾਣੀ 'ਚ ਆਉਂਦਾ ਨਾ ਸ਼ਬਦ ਕਿ ਸੰਤ ਜਿਹੜੇ ਹੈ ਇਹ ਸਹਾਇਤਾ ਕਰਦੇ ਹਨ ਮਾਲਕ ਦੇ ਮਿਲਾਪ ਵਿੱਚ, ਲੇਕਿਨ ਜਿਹੜੇ ਅਸੰਤ ਹੁੰਦੇ ਹਨ ਉਹਨਾਂ ਦੀ ਵੀ ਆਪਾਂ ਵਿਚਾਰ ਕਰੀਏ। ਅਸੰਤ ਅਨਾੜੀ ਕਦੇ ਨਾ ਬੁੱਝੇ, ਕਥਨੀ ਕਰੇ ਤੈ ਮਾਇਆ ਨਾਲ ਲੁੱਝੇ, ਅੰਧ ਅਗਿਆਨੀ ਕਦੇ ਨਾ ਸੀਜੇ। ਸਤਿਗੁਰੂ ਕਹਿੰਦੇ ਅੰਧ ਅਗਿਆਨੀ ਜਿਹੜੇ ਨਾ ਇਹ ਕਦੇ ਕਾਮਯਾਬ ਨਹੀਂ ਹੁੰਦੇ, ਕਿੱਥੇ ਨਹੀਂ ਕਾਮਯਾਬ ਹੁੰਦੇ, ਮਾਲਕ ਦੀ ਦਰਗੇ ਵਿੱਚ ਇਹਦਾ ਹੁੰਦਾ ਆਉਣਾ ਜਾਣਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਆਉਣਾ ਜਾਣਾ? ਕਿਉਂਕਿ ਇਹਨਾਂ ਨੇ ਸੰਸਾਰ ਨਾਲ ਪਿਆਰ ਪਾਇਆ, ਇਹਨਾਂ ਨੇ ਪੈਸੇ ਨਾਲ ਪਿਆਰ ਪਾਇਆ, ਇਸ ਇਹਨਾਂ ਨੇ ਸੰਸਾਰ ਦੀਆਂ ਲੋੜਾਂ ਨਾਲ ਪਿਆਰ ਪਾਇਆ, ਲੇਕਿਨ ਜਿਹੜੇ ਸੰਤ ਹੈ ਉਹਨਾਂ ਨੇ ਪਿਆਰ ਪਾਇਆ ਪਰਮਾਤਮਾ ਨਾਲ, ਉਹਨਾਂ ਨੇ ਪਿਆਰ ਪਾਇਆ ਗੁਰਬਾਣੀ ਨਾਲ,
ਉਹਨਾਂ ਨੇ ਪਿਆਰ ਪਾਇਆ ਗੁਰਮੰਤਰ ਨਾਲ, ਅਤੇ ਸਤਿਗੁਰ ਕਹਿੰਦੇ ਪਏ ਨੇ ਸਾਨੂੰ ਅਸੰਤ ਅਨਾੜੀ ਕਦੇ ਨਾ ਬੁੱਝੇ, ਉਹ ਕਦੇ ਬੁੱਝਦੇ ਬੁੱਝ ਨਹੀਂ ਸਕਦੇ ਉਹ, ਅਤੇ ਉਹ ਕਥਨੀ ਕਰਨਗੇ, ਉਹ ਕਥਨੀ ਕਰਨਗੇ, ਲੇਕਿਨ ਅੰਤਰ ਗੁਰਖ ਪਿਆਰਿਓ ਉਹਨਾਂ ਦਾ ਜਿਹੜਾ ਹੈ ਉਹ ਭਿੱਜਦਾ ਨਹੀਂ ਹੈ। ਅਤੇ ਭਿੱਜਣਾ ਕਿਵੇਂ ਹੈ? ਉਹ ਨਾਮ ਨਾਲ ਭਿੱਜਣਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ ਗੁਰਖ ਪਿਆਰਿਓ। ਕਿ ਆਪਾਂ ਕਹੀਏ ਕਿ ਹੋਰ ਕਿਸੇ ਤਰੀਕੇ ਕਰਕੇ ਆਪਾਂ ਆਪਣੇ ਮਨ ਨੂੰ ਜਿਹੜਾ ਹੈ ਮਾਲਕ ਵੱਲ ਮੋੜ ਲਵਾਂਗੇ, ਹੋਰ ਕੋਈ ਤਰੀਕਾ ਨਹੀਂ ਹੈ। ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰੂ ਦਾ ਸ਼ਬਦ। ਅਤੇ ਸਤਿਗੁਰ ਕਹਿੰਦੇ ਹੈ, ਹੋਰ ਸਾਨੂੰ ਅੱਗੇ ਸਮਝਾਉਣਾ ਕਰਦੇ ਆ, ਕਹਿੰਦੇ ਸੰਤ ਮਿਲੇ ਕਿਛ ਸੁਣੀਏ ਕਹੀਏ। ਕਹਿੰਦੇ ਜਦੋਂ ਕੋਈ ਸੰਤ ਮਿਲਦੇ ਨਾ, ਉਹਨਾਂ ਕੋਲੋਂ ਸੁਣੋ, ਕੀ ਸੁਣਨਾ? ਉਹਨਾਂ ਕੋਲ ਕੁਛ ਬਚਨ ਸੁਣੋ, ਅਤੇ ਉਹਨਾਂ ਨਾਲ ਬਚਨ ਬਿਲਾਸ ਕਰੋ ਕਿ ਦੱਸੋ ਜੀ ਗੁਰਮੁਖੋ, ਆਪਾਂ ਅਗਲੀ ਯਾਤਰਾ ਅਗਲਾ ਪੜਾਵ ਕਿੱਦਾਂ ਤੈਅ ਕਰਨਾ ਹੈ। ਪੁੱਛੋ ਕਿ ਆਪਾਂ ਉਸ ਪਰਮਾਤਮਾ ਤੱਕ ਕਿਵੇਂ ਜਾਣਾ ਹੈ। ਪੁੱਛੋ ਕਿ ਮੇਰਾ ਠਾਕੁਰ ਕਿਵੇਂ ਦਾ ਹੈ, ਮੇਰਾ ਪਰਮਾਤਮਾ ਕਿੱਦਾਂ ਦਾ ਹੈ। ਇਹ ਭੇਦ ਤੁਹਾਨੂੰ ਸੰਤ ਦੇਣਗੇ। ਲੇਕਿਨ ਸਤਿਗੁਰ ਕਹਿੰਦੇ ਮਿਲੇ ਅਸੰਤ ਮਸ਼ਟ ਕਰ ਰਹੀਏ। ਕਹਿੰਦੇ ਜੇ ਕੋਈ ਸਾਨੂੰ ਕੋਈ ਅਸੰਤ ਮਿਲ ਜਾਏ, ਕੋਈ ਅਨਾੜੀ ਅਸੰਤ ਮਿਲ ਜਾਏ, ਤਾਂ ਕੀ ਕਰਨਾ? ਕਹਿੰਦੇ ਚੁੱਪ ਰਹੋ, ਕੋਈ ਬੋਲੋ ਹੀ ਨਾ ਕੁਛ। ਜੇ ਸੰਤ ਮਿਲ ਜਾਏ ਤਾਂ ਉਹਨਾਂ ਨੂੰ ਕੁਛ ਕਹੋ ਵੀ ਅਤੇ ਕੁਛ ਸੁਣੋ ਵੀ। ਲੇਕਿਨ ਕਿ ਜੇ ਅਸੰਤ ਮਿਲ ਜਾਏ, ਉਹਨਾਂ ਨੂੰ ਨਾ ਕਹਿਣਾ ਕੁਛ ਅਤੇ ਨਾ ਹੀ ਉਹਨਾਂ ਕੋਲ ਸੁਣਨਾ। ਕਿਉਂ? ਕਿਉਂਕਿ ਜੋ ਆਪਾਂ ਉਹਨਾਂ ਕੋਲੋਂ ਸੁਣਾਂਗੇ ਕੁਛ, ਉਹਨਾਂ ਨੇ ਸਾਡੇ ਮਨਾਂ ਨੂੰ ਭੇਦ ਭਰਮ ਵਿੱਚ ਪਾ ਦੇਣਾ, ਸਾਡੇ ਮਨਾਂ ਨੂੰ ਉਹਨਾਂ ਨੇ ਮਾਇਆ ਵੱਲ ਮੋੜਨਾ ਹੈ। ਅਤੇ ਜਦੋਂ ਜੋ ਆਪਣੀ ਬੰਦਗੀ ਕੀਤੀ ਹੈ, ਉਹ ਵੀ ਸਾਡੀ ਜਿਹੜੀ ਹੈ ਬੰਦਗੀ ਉਹਨਾਂ ਨੇ ਨਸ਼ਟ ਕਰ ਦੇਣੀ ਹੈ। ਇਸ ਕਾਰਨ ਕਰਕੇ ਐਸਾ ਸੰਗ ਹੀ ਨਹੀਂ ਕਰਨਾ। ਸਾਕ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਕ, ਐਸੇ ਦਾ ਸੰਗ ਹੀ ਨਹੀਂ ਕਰਨਾ। ਸੰਗ ਕਰੋ ਗੁਰਮੁਖਾਂ ਦਾ, ਗੁਰੂ ਦੇ ਪਿਆਰਿਆਂ ਦਾ, ਜਿਸ ਪਿਆਰਿਆਂ ਕਰਕੇ ਸਾਨੂੰ ਵਾਹਿਗੁਰੂ ਚੇਤੇ ਆ ਜਾਏ। ਅਤੇ ਪਾਤਸ਼ਾਹ ਕਹਿੰਦੇ ਆ, ਲੇਕਿਨ ਜਿਹੜੇ ਸੰਤ ਹੁੰਦੇ ਨਾ, ਤਾਂ ਪਾਤਸ਼ਾਹ ਕਹਿੰਦੇ ਆ, ਉਹ ਆਪਣੀ ਸੰਤੀ ਪੂਰਾ ਨਹੀਂ ਛੱਡਦੇ, ਭਾਵ ਕਿ ਆਪਣਾ ਨਾਮ ਜਪਣਾ ਬੰਦਗੀ ਕਰਨੀ ਨਹੀਂ ਛੱਡਦੇ, ਭਾਵੇਂ ਉਹਨਾਂ ਨੂੰ ਕੋਈ ਨਿੰਦ ਵੀ ਦੇ। ਕਿਉਂਕਿ ਹਰੀ ਦੇ ਜਨ ਜੋ ਹੈ ਉਹ ਰਾਮ ਨਾਮ ਨਹੀਂ ਛੱਡਦੇ, ਹਰੀ ਦੇ ਜਨ ਜੋ ਹੈ ਪਰਮਾਤਮਾ ਦੀ ਬੰਦਗੀ ਨਹੀਂ ਛੱਡਦੇ। ਭਾਵੇਂ ਉਹਨਾਂ ਨੂੰ ਕੋਈ ਨਿੰਦਿਆ ਕਰਦੇ ਰਿਹਾ, ਭਾਵੇਂ ਉਹਨਾਂ ਦੀ ਕੋਈ ਚੁਗਲੀ ਕਰੇ, ਕੋਈ ਈਰਖਾ ਕਰੇ, ਦੁਬਧਾ ਕਰੇ, ਲੇਕਿਨ ਆਪਣਾ ਉਹ ਪਰਮਾਤਮਾ ਦੀ ਭਗਤੀ ਨਹੀਂ ਛੱਡਦੇ। ਅਤੇ ਪਾਤਸ਼ਾਹ ਕਹਿੰਦੇ ਆ ਬਾਬਾ ਕਬੀਰ ਦਾ ਸ਼ਬਦਾਂ ਰਾਹੀਂ, ਕਹਿੰਦੇ ਕਬੀਰ ਸੰਤ ਨਾ ਛੱਡੇ ਸੰਤੀ, ਜੋ ਕੋਟਿਕ ਮਿਲੇ ਸੰਤ। ਭਾਵੇਂ ਕਰੋੜਾਂ ਅਸੰਤ ਮਿਲ ਜਾਏ, ਲੇਕਿਨ ਉਹ ਆਪਣਾ ਜਿਹੜਾ ਨਾਮ ਜਪਣਾ ਭਗਤੀ ਕਰਨੀ ਉਹ ਨਹੀਂ ਛੱਡਦੇ। ਅਤੇ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਸਾਨੂੰ ਹਜ਼ਾਰਾਂ ਕਿਤੇ ਅਸੰਤ ਮਿਲ ਜਾਏ, ਭਾਵ ਕਿ ਦੁਨਿਆਵੀ ਜੀਵ ਮਿਲ ਜਾਣ, ਲੇਕਿਨ ਆਪਾਂ ਆਪਣਾ ਨਾਮ ਸਿਮਰਨ, ਆਪਣੀ ਬਾਣੀ, ਇਹ ਆਪਾਂ ਨਹੀਂ ਛੱਡਣਾ। ਆਪਾਂ ਗੁਰੂ ਦਾ ਪੱਲਾ ਪਕੜ ਕੇ ਰੱਖਣਾ ਹੈ, ਅਤੇ ਆਪਾਂ ਚੁੱਪ ਹੀ ਜ਼ਿਆਦਾ ਰਹਿਣਾ ਹੈ, ਤਾਂ ਕਿ ਇਹ ਸਾਕਤ ਦਾ ਜੇ ਆਪਾਂ ਸੰਗ ਕਰਾਂਗੇ ਤਾਂ ਸਾਨੂੰ ਵੀ ਉਹਦੀ ਜਿਹੜੀ ਗੰਦਗੀ ਜਿਹੜੀ ਆ, ਉਹਦੀ ਮੈਲ ਜਿਹੜੀ ਜ਼ਰੂਰ ਸਾਨੂੰ ਲੱਗੇਗੀ। ਕਿਉਂਕਿ ਤੁਸੀਂ ਜੇ ਸੰਤਾਂ ਕੋਲ ਜਾਓਗੇ, ਗੁਰਮੁਖਾਂ ਕੋਲ ਜਾਓਗੇ, ਤਾਂ ਕੀ ਹੋਏਗਾ? ਜਿੱਦਾਂ ਕਿ ਸੰਤ ਕਿੱਦਾਂ ਹੁੰਦੇ, ਜਿਸ ਤਰ੍ਹਾਂ ਕਿ ਬਗੀਚਾ ਹੈ, ਇੱਕ ਫੁੱਲਾਂ ਦਾ ਬਗੀਚਾ ਹੈ ਬੜਾ ਵੱਡਾ, ਉਹਦੇ ਵਿੱਚ ਤੁਸੀਂ ਜਾਓਗੇ ਨਾ ਗੁਰਮੁਖ ਪਿਆਰੇ, ਤੁਹਾਨੂੰ ਫੁੱਲਾਂ ਦੀ ਖੁਸ਼ਬੂ ਆਏਗੀ। ਤੁਸੀਂ ਬੇਸ਼ੱਕ ਮਤ ਕੋਈ ਫੁੱਲ ਤੋੜੋ, ਲੇਕਿਨ ਤੁਹਾਨੂੰ ਜਿਹੜੀ ਖੁਸ਼ਬੂ ਆਏਗੀ ਆਏਗੀ।
ਇਸੇ ਤਰ੍ਹਾਂ ਜੇ ਤੁਸੀਂ ਚਿੱਕੜ ਵੱਲ ਜਾਓਗੇ, ਗੰਦਗੀ ਵੱਲ ਜਾਓਗੇ, ਨਾਲੀਆਂ ਗੰਦੀ ਨਾਲੀਆਂ ਵੱਲ ਜਾਓਗੇ, ਤੁਹਾਨੂੰ ਜਿਹੜੀ ਹੈ ਉਹ ਜ਼ਰੂਰ ਜਿਹੜੀ ਸਮੈਲ ਜਿਹੜੀ ਹੈ, ਮੁਸ਼ਕ ਜਿਹੜੀ ਹੈ, ਗੰਦੀ ਜਿਹੜੀ ਸਮੈਲ ਜਿਹੜੀ ਹੈ ਜ਼ਰੂਰ ਆਏਗੀ। ਇਸੇ ਤੋਂ ਤੁਸੀਂ ਨਾ ਚਾਹੁੰਦਿਆਂ ਹੋਇਆ ਤੁਹਾਨੂੰ ਉਹ ਖੁਸ਼ਬੂ ਜਿਹੜੀ ਫੁੱਲਾਂ ਦੀ ਆਏਗੀ ਆਏਗੀ, ਇਸੇ ਤਰ੍ਹਾਂ ਨਾ ਚਾਹੁੰਦੇ ਹੋਏ ਤੁਹਾਨੂੰ ਗੰਦੀ ਨਾਲੀ ਦੀ ਸਮੈਲ ਜ਼ਰੂਰ ਆਏਗੀ। ਇਸੇ ਤਰ੍ਹਾਂ ਸਤਿਗੁਰ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਕਿ ਆਪਾਂ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਹੈ। ਜੋ ਨਾਮ ਦਾ ਸਹਾਰਾ ਲੈਵਾਂਗੇ ਆਪਾਂ ਤਾਂ ਗੁਰੂਖ ਪਿਆਰੇ ਕੋਟੀ ਕੁ ਸੰਤ ਵੀ ਮਿਲ ਜਾਣਗੇ, ਉੱਥੇ ਵੀ ਆਪਾਂ ਕਮਲ ਦੇ ਫੁੱਲ ਵਰਗੇ ਆਪਾਂ ਖਿੜੇ ਰਹਾਂਗੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਮੰਤਰ ਨਹੀਂ ਛੱਡਣਾ ਆਪਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਹਰ ਵੇਲੇ ਵਾਹਿਗੁਰੂ 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 ਦਾ ਜਾਪ ਕਰਨਾ ਹੈ ਆਪਾਂ। ਅਤੇ ਪਾਤਸ਼ਾਹ ਕਹਿੰਦੇ ਆ ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆ, ਓਏ ਜਵਿੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਕਹਿੰਦੇ ਕਿ ਨਾਨਕ ਪਾਤਸ਼ਾਹ ਬੇਨਤੀ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀਓ ਸਾਡੇ ਵਾਸਤੇ ਬੇਨਤੀ ਆਏ ਕਿ ਮਾਲਕ ਵਾਹਿਗੁਰੂ ਜੀਓ, ਜਾਂ ਆਪਾਂ ਕਹਿ ਦੀ ਬਾਬਾ ਨਾਨਕ ਜੀ ਕੱਚੜਿਆਂ ਨਾਲ ਸਾਨੂੰ ਤੋੜ ਦੀ, ਸਾਨੂੰ ਪੱਕੇ ਗੁਰੂਖ ਪਿਆਰੇ ਸੰਤ ਮਹਾਂਪੁਰਸ਼ਾਂ ਦਾ ਸੰਗ ਬਖਸ਼ੀ। ਕਿਉਂਕਿ ਜਿਹੜੇ ਝੂਠੇ ਸੰਤ ਹਨ ਉਹ ਜਿੰਦੇ ਜੀ ਹੀ ਪਾਤਸ਼ਾਹ ਕਹਿੰਦੇ ਆ ਉਹ ਜਿਵਿੰਦੇ ਵਿਛੜੇ, ਜਿੰਦੇ ਜੀ ਹੀ ਵਿਛੜ ਜਾਂਦੇ ਹਨ। ਹੁਣ ਕੋਈ ਦੇਖ ਲਓ ਤੁਸੀਂ ਸੰਸਾਰ ਵਿੱਚ ਕੋਈ ਆਪ ਜੀ ਦਾ ਸੰਗੀ ਸਾਥੀ ਨਹੀਂ ਬਣਦਾ, ਜਾਂ ਆਪਾਂ ਕੋਈ ਸਾਡਾ ਸੰਗੀ ਸਾਥੀ ਚਲੇ ਜਾਂਦਾ ਹੈ, ਕੋਈ ਸਾਥੀ ਨਹੀਂ ਬਣਦਾ। ਜੇ ਆਪਾਂ ਕਿਸੇ ਗੁਰਮੁਖ ਦਾ ਉਸ ਅਕਾਲ ਪੁਰਖ ਦੇ ਵਾਹਿਗੁਰੂ ਜੀ ਸੰਤ ਦਾ ਸੰਗ ਕੀਤਾ ਹੈ ਤਾਂ ਪਾਤਸ਼ਾਹ ਕਹਿੰਦੇ ਓਏ ਮੋਇਆ ਨਾ ਜਾਹੀ ਛੋੜ, ਉਹ ਜੀਵ ਮਰ ਵੀ ਜਾਏ ਸਰੀਰ ਤੁਰ ਉੱਤੇ, ਲੇਕਿਨ ਉਹ ਉਹਨਾਂ ਦਾ ਸਾਥ ਨਹੀਂ ਛੱਡਦੇ। ਅਤੇ ਐਸੇ ਪਿਆਰਿਆਂ ਦਾ ਕਿਉਂ ਨਾ ਸੰਗ ਕਰੀਏ, ਕਿਉਂਕਿ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਉੱਥੇ ਸਾਡੇ ਉਹ ਸੱਜਣ ਉਹ ਮਿੱਤਰ ਸਾਡੇ ਸਾਥ ਦਿੰਦੇ ਆ, ਗਵਾਹੀ ਭਰਦੇ ਸਾਡੀ। ਸਤਿਗੁਰ ਸਾਨੂੰ ਰੋਜ਼ ਪਾਤਸ਼ਾਹ ਬਾਣੀ ਸਮਝਾਉਣਾ ਕਰਦੇ ਆ। ਸੋਹਲੇ ਸਾਹਿਬ ਦੀ ਬਾਣੀ 'ਚ ਪੰਚਮ ਪਿਤਾ ਜੀ ਕਹਿੰਦੇ ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗ ਹੈ, ਮੂੰਹ ਕੋ ਕਰ ਸੰਤਨ ਕੀ ਪੂਰੇ। ਸੱਚੇ ਪਾਤਸ਼ਾਹ ਇਹ ਅੰਤਰ ਜਾਮੀ ਸਭ ਦੇ ਦਿਨਾਂ ਦੀ ਜਾਣਨ ਵਾਲੇ ਵਾਹਿਗੁਰੂ ਜੀਓ, ਮੇਰੀ ਸ਼ਰਧਾ ਮੇਰੀ ਮਨ ਦੀ ਆਸਾ ਮੇਰੀ ਮਨਸਾ ਜਿਹੜੀ ਹੈ ਪੂਰੀ ਕਰੋ ਕਿ ਮੈਨੂੰ ਸੰਤਾਂ ਦੀ ਧੂਰ ਬਖਸ਼। ਕਿੱਡੀ ਵੱਡੀ ਵਡਿਆਈ ਸਾਨੂੰ ਸਤਿਗੁਰੂ ਜੀ ਗਿਆਨ ਬਖਸ਼ਿਸ਼ ਕਰਦੇ ਪਏ ਨੇ ਕਿ ਐਸੇ ਗੁਰਮੁਖਾਂ ਦਾ ਐਸੇ ਪਿਆਰਿਆਂ ਦੀ ਚਰਨਾਂ ਦੀ ਧੂੜ ਬਖਸ਼ ਗੁਰਮੁਖ ਪਿਆਰਿਓ। ਇਹ ਨਿਮਰਤਾ ਦੇ ਸ਼ਬਦ ਹਨ ਗੁਰਮੁਖ ਪਿਆਰਿਓ ਪੂਰੇ। ਵੱਡੇ ਵੱਡੇ ਸਤਿਗੁਰੂ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾਤ ਬਖਸ਼ਣ ਵਾਲੇ, ਸਾਨੂੰ ਪਰਮਾਤਮਾ ਦੀ ਬਾਣੀ ਨਾਲ ਨਾਮ ਸਿਮਰਨ ਜੁੜਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਮੈਨੂੰ ਸੰਤਾਂ ਦੀ ਧੂੜ ਬਖਸ਼। ਇਹ ਉਹਨਾਂ ਦਾ ਇੱਦਾਂ ਕਹਿ ਲਈਏ ਕਿ ਭੋਲਾ ਪਾਣਾ ਹੈ ਉਹਨਾਂ ਦਾ। ਇਹ ਪੂਰੇ ਪਿਆਰ ਦੇ ਵਿੱਚ ਸ਼ਬਦ ਬੜੇ ਗਏ ਆ। ਪਿਆਰ ਵਿੱਚ ਆਪ ਉਹ ਨਾਰਾਇਣ ਦੇ ਰੂਪ ਸੀ, ਆਪ ਉਹ ਪਰਮਾਤਮਾ ਦੇ ਰੂਪ ਸਨ, ਫਿਰ ਵੀ ਕਿੱਡੀ ਪੱਟੀ ਸਾਡੇ ਸਿੱਖਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਉਹ ਸਤਿਗੁਰੂ ਜੀ ਵਡਿਆਈ ਬਖਸ਼ਿਸ਼ ਕਰਦੇ ਪਏ ਨੇ। ਅਤੇ ਪਾਤਸ਼ਾਹ ਕਹਿੰਦੇ ਆ ਕਿ ਦੂਸਰੀ ਤਰਫ ਉਹ ਐਸੇ ਸੰਤ ਵੀ ਹਨ ਜਿਹੜੇ ਜਿਹਨਾਂ ਨੂੰ ਬਨਾਰਸ 'ਤੇ ਠੱਗ ਕਿਹਾ,
ਪਾਤਸ਼ਾਹ ਕਹਿੰਦੇ ਨਾ ਬਾਣੀ, ਕਹਿੰਦੇ ਗੱਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਕਹਿੰਦੇ ਉਹ ਹਰੀ ਦੇ ਸੰਤ ਨਾ ਆਖੋ, ਜਿਹੜੇ ਹਰੀ ਦੇ ਸੰਤ ਨਾ ਆਖੋ ਜਿਨ੍ਹਾਂ ਦੇ ਜਪ ਮਾਲੀਆਂ ਤੇ ਹੈ, ਜਿਹਨਾਂ ਦਾ ਦਿਖਾਉਣ ਵਾਸਤੇ ਤੇ ਬੜਾ ਕੁਛ ਰੱਖਿਆ ਉਹਨਾਂ ਨੇ, ਲਿਸ਼ਕੜੇ ਤੁਸੀਂ ਦੇਖਿਓ, ਕਲਮੰਡਰ ਵਗੈਰਾ ਰੱਖੇ ਹੁੰਦੇ ਉਹ ਲੋਟੇ, ਲੇਕਿਨ ਉਹ ਅੰਦਰੋਂ ਖੋਖਲੇ ਹਨ। ਤੇ ਪਾਤਸ਼ਾਹ ਕਹਿੰਦੇ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਆਪ ਜੀ ਸਾਰੇ ਦੇਖਦੇ ਹੋਏ ਬਨਾਰਸ ਕੀ ਹੁੰਦਾ, ਜਾਂ ਆਪਾਂ ਕਿਸੇ ਦੇ ਮਜ਼ਹਬ ਨੂੰ ਜਾਂ ਕਿਸੇ ਨੂੰ ਨਹੀਂ ਆਪਾਂ ਕੁਛ ਕਹਿ ਰਹੇ, ਲੇਕਿਨ ਕੀ ਹੈ ਕਿ ਧੋਖਾਧੜੀ ਬਹੁਤ ਹੁੰਦੀ ਹੈ ਕਿ ਸਾਨੂੰ ਭਰਮ 'ਚ ਪਾਇਆ ਜਾਂਦਾ ਹੈ, ਸਾਰੀ ਲੁੱਟਮਰੀ ਹੁੰਦੀ ਪੈਸੇ ਦੀ ਉੱਥੇ ਸਾਰੀ, ਉਹ ਕਿਸੇ ਤਰੀਕੇ ਨਾਲ ਵੀ ਲੁੱਟ ਲਓ, ਕਿਸੇ ਤਰੀਕੇ ਨਾਲ, ਕਿਸੇ ਤਰੀਕੇ ਨਾਲ ਵੀ ਭਰਮ 'ਚ ਪਾ ਕੇ ਮੈਂ ਪਿੱਤਰਾਂ ਨੂੰ ਭੇਜ ਦਿੰਦਾ, ਇੰਨੇ ਪੈਸੇ ਦਿਓ ਮੈਨੂੰ, ਇਹ ਕਰ ਦਿੰਦਾ, ਉਹ ਕਰ ਦਿੰਦਾ, ਇਹ ਸਾਰਾ ਕੀ ਹੈ, ਲੁੱਟਮਾਰੀ ਹੈ ਗੁਰਖ ਪਿਆਰਿਓ। ਇੱਕ ਡਾਇਰੈਕਟ ਲੁੱਟਣਾ ਤਾਂ ਕਿਸੇ ਕੋਲ, ਕਿਸੇ ਦਾ ਜੇਬ ਕਤਲ ਕਰਨੀ, ਜੇਬ ਚੋਰੀ ਕਤਲ ਕਰਕੇ ਜੇਬ ਫਾੜ ਕੇ ਕੁਛ ਵੀ ਤਰੀਕੇ ਨਾਲ ਪੈਸੇ ਲੈ ਜਾਣਾ, ਪਰਸ ਮਾਰ ਲੈਣਾ, ਇਹ ਦੂਜਾ ਤਰੀਕਾ, ਇੱਕ ਡਾਇਰੈਕਟ ਹੈ ਇੱਕ ਇਨਡਾਇਰੈਕਟ ਹੈ। ਤੋ ਇਹ ਗੁਰਖ ਪਿਆਰ ਦੋਏ ਜਿਹੜੇ ਪਾਪ ਹੀ ਹਨ। ਅਤੇ ਪਾਤਸ਼ਾਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੈ, ਸਤਿਗੁਰ ਕਹਿੰਦੇ ਕਿ ਐਸੇ ਜਿਹੜੇ ਸੰਤ ਜਿਹੜੇ ਆ ਮੈਨੂੰ ਜਿਹੜੇ ਆ ਪਾਉਂਦੇ ਨੇ, ਮੈਨੂੰ ਜਿਹੜੇ ਹੈ ਚੰਗੇ ਨਹੀਂ ਲੱਗਦੇ। ਜੇ ਬਾਬੇ ਕਬੀਰ ਦਾਸ ਜੀ ਚੰਗੇ ਨਹੀਂ ਲੱਗਦੇ ਪਏ ਤਾਂ ਉਸਨੂੰ ਕਿੱਦਾਂ ਚੰਗੇ ਲੱਗਣਗੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਇਸ ਕਾਰਨ ਕਰਕੇ ਗੁਰੂ ਪਿਆਰਿਓ, ਦਾਸ ਦੀ ਆਪ ਚਰਨਾਂ 'ਚ ਬੇਨਤੀ ਹੈ ਕਿ ਧਰਮ ਦਾ ਕੰਮ ਕਰੋ, ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦਾ ਕੰਮ ਕਰੋ। ਤੇ ਧਰਮ ਕੀ ਹੈ, ਸਗਲ ਧਰਮ ਏ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਜਿਹੜੇ ਧਰਮ ਬਣੇ ਨਾ ਸੰਸਾਰ ਵਿੱਚ, ਇਹ ਫਲਾਣੇ ਧਰਮ ਦਾ, ਇਹ ਫਲਾਣੇ ਧਰਮ ਦਾ, ਇਹ ਗੁਰਖ ਪਿਆਰਿਓ ਉਸ ਮਾਲਕ ਦੀ ਦਰਗਾਹ ਵਿੱਚ ਤੇ ਇੱਕੋ ਹੀ ਧਰਮ ਹੈ, ਇੱਕੋ ਹੀ ਜਾਤ ਹੈ, ਉਹ ਹੈ ਮਾਨਸ। ਕਿਉਂਕਿ ਪਾਤਸ਼ਾਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਮਾਨਸ ਕੀ ਜਾਤ ਇੱਕੋ ਪਛਾਣਵੇ, ਇੱਕ ਹੀ ਹੈ ਜਾਤ ਮਾਨਸ ਦੀ। ਮਾਲਕ ਨੇ ਬਣਾਇਆ ਸੀ ਬੰਦਾ, ਲੇਕਿਨ ਬੰਦਾ ਜਿਹੜਾ ਹੈ ਉਹ ਬੰਦਾ ਨਾ ਬਣ ਕੇ ਹੋਰ ਕਰਮ ਕਰੀ ਜਾਂਦਾ, ਮਾੜੇ ਕਰਮ ਕਰੀ ਜਾਂਦਾ। ਕਿਉਂਕਿ ਜਦੋਂ ਤੱਕ ਬੰਦਾ ਬੰਦਗੀ ਨਹੀਂ ਕਰਦਾ ਉਹ ਬੰਦਾ ਹੈ ਹੀ ਨਹੀਂ ਹੈ। ਇਸ ਕਾਰਨ ਕਰਕੇ ਆਪਾਂ ਬੰਦੇ ਬਣੀਏ ਅਤੇ ਬੰਦਗੀ ਕਰੀਏ, ਉਸ ਮਾਲਕੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਬੰਦੇ ਬੰਦਗੀ ਅਖਤਿਆਰ, ਬੰਦਗੀ ਨੂੰ ਅਖਤਿਆਰ ਭਾਵ ਕੇ ਬੰਦਗੀ ਨੂੰ ਅਪਣਾਈਏ ਆਪਾਂ, ਅਤੇ ਜਦੋਂ ਆਪਾਂ ਬੰਦਗੀ ਨੂੰ ਅਪਣਾਵਾਂਗੇ ਫਿਰ ਮਾਲਕ ਨੂੰ ਚੰਗੇ ਲੱਗਾਂਗੇ, ਮਾਲਕ ਨੂੰ ਚੰਗੇ ਲੱਗਾਂਗੇ, ਮਾਲਕ ਨੂੰ ਪਿਆਰੇ ਲੱਗਾਂਗੇ ਜੀ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਜਿਨ੍ਹਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ ਅਸਲ ਵਿੱਚ ਉਹ ਸੰਤ ਹਨ। ਅਤੇ ਆਪਾਂ ਸਾਰਿਆਂ ਨੇ ਸੰਤ ਬਣਨਾ ਹੈ, ਬਾਹਰੀ ਸੰਤ ਨਹੀਂ, ਮਨ ਨੇ ਸੰਤ ਬਣਨਾ ਹੈ, ਮਨ ਕਰਕੇ ਸੰਤ ਬਣਨਾ ਹੈ। ਜਦੋਂ ਆਪਾਂ ਮਨ ਕਰਕੇ ਸੰਤ ਬਣਾਂਗੇ ਫਿਰ ਉਹ ਮਨ ਕਰਕੇ ਉਸ ਮਾਲਕ ਦੇ ਮਨ ਨੂੰ ਭਾਵਾਂਗੇ ਆਪਾਂ, ਤਾਂ ਆਪਾਂ ਦੁਨੀਆ ਦੀ ਵੜਿੰਗਾਂ ਚੱਕਰਾਂ 'ਚ ਨਹੀਂ ਰਹਿਣਾ, ਆਪਾਂ ਸੰਤ ਬਣੀਏ, ਅੰਦਰੂ ਬਣੀਏ, ਬਸ ਬਾਹਰ ਸੰਤ ਨਹੀਂ ਅੰਦਰੂ ਸੰਤ। ਜੇ ਬਾਹਰਲੇ ਸੰਤ ਬਣ ਗਏ ਨਾ ਗੁਰੂ ਕੇ ਪਿਆਰੇ ਤਾਂ ਸਾਨੂੰ ਹਉਮੈ ਨੇ ਘੇਰ ਲੈਣਾ ਸਾਨੂੰ, ਅਤੇ ਸਾਡਾ ਜਿਹੜਾ ਕੀਤਾ ਕਰਾਇਆ ਜਿਹੜਾ ਸਾਰਾ ਖਤਮ ਹੋ ਜਾਣਾ, ਨਾਸ ਹੋ ਜਾਣਾ ਜਿੰਨਾ ਜਪਿਆ ਹੋਇਆ। ਕਿਉਂਕਿ ਵਡਿਆਈ ਮਨ ਨੂੰ ਵਡਿਆਈ ਜਦੋਂ ਮਿਲਣ ਲੱਗੀ, ਤਾਂ ਮਨ ਨੇ ਕੀ ਹੈ, ਇਸਨੇ
ਬਸ ਫੁੱਲੇ ਫੁੱਲੇ ਨਹੀਂ ਸਮਾਉਣਾ ਫਿਰ, ਅਤੇ ਜਦੋਂ ਫੁੱਲੇ ਫੁੱਲੇ ਨਹੀਂ ਸਮਾਇਆ ਇਹ ਸਿਮਰਨ ਇਸਦਾ ਘੱਟ ਜਾਣਾ, ਜੇ ਸਿਮਰਨ ਘੱਟ ਗਿਆ ਬਾਣੀ ਘੱਟ ਗਈ ਅਤੇ ਜਿਹੜਾ ਆਪਾਂ ਕਮਾਇਆ ਉਹ ਲੁੱਟੀ ਜਾਣਾ ਆਪਾਂ, ਕਿਉਂਕਿ ਮਾਇਆ ਨੇ ਤਾਂ ਵਡਿਆਈ ਦੇਣੀ ਹੈ ਸਾਨੂੰ। ਜਦੋਂ ਤੁਸੀਂ ਨਾਮ ਜਪੋਗੇ ਆਪ ਜੀ ਨੂੰ ਵਡਿਆਈ ਮਿਲਣੀ ਹੈ, ਬਾਣੀ ਪੜੋਗੇ ਆਪ ਜੀ ਵਡਿਆਈ ਦੇਣੀ ਹੈ, ਮਾਲਕ ਨੇ ਦੇਣੀ ਹੈ ਵਡਿਆਈ। ਲੇਕਿਨ ਜੇ ਆਪਾਂ ਨੂੰ ਕੋਈ ਵਡਿਆਈ ਦੇ ਰਿਹਾ ਤੇ ਆਪਾਂ ਕੀ ਕਰਨਾ, ਹੋਰ ਸਿਮਰਨ ਕਰਨਾ, ਹੋਰ ਬਾਣੀ ਪੜ੍ਹਨੀ ਹੈ, ਹੋਰ ਚੋਕੜਾ ਲਾਉਣਾ, ਹੋਰ ਉਸ ਮਾਲਕ ਦੀ ਜਾਤ ਵਿੱਚ ਜੁੜਨਾ, ਤਾਂ ਕਿ ਇਹ ਦੁਨੀਆ ਦੀਆਂ ਵਡਿਆਈਆਂ, ਇਹ ਨਫ਼ਰਤ, ਇਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਨਾ ਆਉਣ, ਸਾਨੂੰ ਛੋਹ ਨਾ ਸਕਣ। ਗੁਰੂ ਦੇ ਸ਼ਬਦ ਰੱਖਿਆ ਚੱਕਰ ਬਣਾ ਕੇ ਰੱਖਣਾ। ਸੋ ਗੁਰੂਖ ਪਿਆਰਿਓ, ਬੇਅੰਤ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਆਪ ਸੰਗਤ ਗੁਰੂ ਬਖਸ਼ਣ ਯੋਗ ਆ, ਬਖਸ਼ ਲੈਣਾ ਜੀ। ਸੋ ਗੁਰੂਖ ਪਿਆਰ, ਜਿੰਨੀ ਕਿ ਸਤਿਗੁਰ ਨੇ ਬੁੱਧੀ ਬਖਸ਼ੀ ਹੈ, ਉਸ ਬੁੱਧੀ ਅਨੁਸਾਰ ਆਪਾਂ ਸਤਿਗੁਰੂ ਜੀ ਨੇ ਜੋ ਅਖਵਾਇਆ ਹੈ ਉਹ ਆਪ ਜੀ ਸਰਮੁਖ ਰੱਖਿਆ ਹੈ। ਆਹ ਕਿਰਪਾ ਕਰੇ ਅਕਾਲ ਪੁਰਖ ਵਾਹਿਗੁਰੂ ਜੀ, ਹੋਰ ਸਮਤ ਬਖਸ਼ਣ, ਹੋਰ ਸੋਝੀ ਬਖਸ਼ਣ, ਤਾਂ ਕਿ ਉਸ ਵਿੱਚ ਭੇਦ ਹੋ ਜਾਈਏ। ਸੋ ਗੁਰੂਖ ਪਿਆਰ, ਘੁਟਾਣ ਘੁਟਾਣ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ। ਸੋ ਸਤਿਗੁਰ ਕਿਰਪਾ ਕਰਨ, ਸਾਰੇ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਅੰਤ ਵਿੱਚ ਐਸੇ ਗੁਰੂਖ ਪਿਆਰਿਆਂ ਦਾ ਘੁਟਾਣ ਘੁਟਾਣ ਧੰਨਵਾਦ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਨੇ ਮਾਲਕ ਦੀ ਉਸਤਤ ਕਰਨ ਦਾ ਹੈ ਇਹ ਸਾਨੂੰ ਜਿਹੜੀ ਹੈ ਸੋਝੀ ਬਖਸ਼ੀ, ਸਾਨੂੰ ਇਹ ਕਿਰਪਾ ਕੀਤੀ, ਸਾਡੇ ਉੱਪਰ ਗੁਰਮੰਤਰ ਦਾ ਅਭਿਆਸ ਕਰਵਾਇਆ ਅਤੇ ਕਰਵਾ ਰਹੇ ਹਨ। ਸੋ ਗੁਰੂਖ ਪਿਆਰਿਓ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।